ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਯੂ ਐੱਸ ਏ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ, ਉਹਨਾਂ ਨੇ ਕੀਤਾ ਇਹ ਕਿ ਉਹਨਾਂ ਨੇ ਵੀ ਹੁਣ ਚਾਈਨੀਜ਼ ਐਪ ਜਿਹੜੀਆਂ ਨੇ ਉਹ ਬੈਨ ਕਰ ਦਿੱਤੀਆਂ। ਪਹਿਲੇ ਇੰਡੀਆ ਨੇ ਕੀਤੀਆਂ, ਇੰਡੀਆ ਨੇ 106 ਕੀਤੀਆਂ, ਅਤੇ ਉਹਨਾਂ ਨੇ ਦੋ ਕੀਤੀਆਂ, ਇੱਕ ਵੀਚੈਟ ਅਤੇ ਇੱਕ ਟਿਕਟੋਕ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਦੋ ਐਪਸ ਨੇ ਇਹ ਕੀ ਕਰ ਰਹੀਆਂ ਨੇ, ਸਾਡੀ ਜਿਹੜੀ ਸਿਕਿਉਰਿਟੀ ਉਹ ਚਾਈਨਾ ਤੱਕ ਪਹੁੰਚਾ ਰਹੀਆਂ ਨੇ, ਇਸ ਕਰਕੇ ਇਹ ਸਾਡੀ ਸਿਕਿਉਰਿਟੀ ਨੂੰ ਥ੍ਰੈਟ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਬੈਨ ਕਰ ਰਹੇ ਹਾਂ। ਚਲੋ ਚੰਗੀ ਗੱਲ ਹੈ, ਨੀਂਦਰ ਇਹਨਾਂ ਦੀ ਖੁੱਲ੍ਹੀ, ਜਾਗੇ ਨੇ, ਕਾਫੀ ਦੇਰ ਦੇ ਬਾਅਦ ਜਾਗੇ ਨੇ, ਐਪ ਦੇ ਕਦੋਂ ਦੇ ਆਏ ਹੋਏ ਨੇ। ਸਾਨੂੰ ਦੇਖ ਲਓ ਇੰਡੀਆ ਵਾਲਿਆਂ ਨੂੰ ਸ਼ੇਅਰ ਰੇਟ, ਅਸੀਂ ਤਾਂ ਸਭ ਕੁਛ ਸ਼ੇਅਰ ਰੇਟ ਤੋਂ ਹੀ ਸ਼ੇਅਰ ਕਰਨੇ ਹਾਂ, ਕਿੰਨੀ ਕਿੰਨੀ ਮੂਵੀਜ਼ ਜਿਹੜੀਆਂ ਨੇ ਉਹ ਸ਼ੇਅਰ ਤੋਂ ਸ਼ੇਅਰ ਰੇਟ ਤੋਂ ਸ਼ੇਅਰ ਕਰ ਕਰਕੇ ਵੇਖੀਆਂ। ਫੋਟੋ ਵੀ ਜਿਹੜੇ ਨੇ ਇੱਕ ਮਿੰਟ 'ਚ ਸ਼ੇਅਰ ਹੋ ਜਾਂਦੇ, ਅਤੇ ਪਹਿਲੇ ਪਹਿਲੇ ਬਹਾਨਾ ਹੁੰਦਾ ਸੀ ਨਾ ਫਰੈਂਡਾਂ ਕੋਲ, ਘਰ ਜਾ ਕੇ ਭੇਜ ਦਾਂਗਾ, ਨੈੱਟ ਨਹੀਂ ਚੱਲ ਰਿਹਾ, ਅਤੇ ਜਦੋਂ ਸ਼ੇਅਰ ਰੇਟ ਆਇਆ ਤਾਂ ਅਸੀਂ ਦੋਸਤ ਕੋਲ ਇੱਕ ਮਿੰਟ 'ਚ ਫੋਟੋ ਲੈ ਲੈਂਦੇ ਸੀ, ਅਤੇ ਉਹਦੇ ਬਾਅਦ ਥੋੜ੍ਹੀ ਨੀਂਦਰ ਖੁੱਲ੍ਹੀ ਸਾਡੀ ਸਰਕਾਰ ਦੀ, ਅਤੇ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਜਿਹੜੇ ਐਪ ਨੇ ਸਾਡੀ ਸਿਕਿਉਰਿਟੀ ਨੂੰ ਥ੍ਰੈਟਨ, ਅਤੇ ਉਹਨਾਂ ਨੇ ਬੈਨ ਕਰ ਦਿੱਤਾ। ਪਰ ਸਾਡੇ ਜੰਮੂ ਕਸ਼ਮੀਰ ਦਾ ਇੱਕ ਸਰਕਾਰੀ ਵਿਭਾਗ ਜਿਹੜਾ ਹਾਲੇ ਤੱਕ ਸੁੱਤਾ ਪਿਆ, ਘਰਾਟੇ ਮਾਰ ਰਿਹਾ, ਉਹਨੂੰ ਦੁਨੀਆ ਦੀ ਕੋਈ ਖਬਰ ਨਹੀਂ ਹੈ ਕਿ ਦੁਨੀਆ 'ਚ ਕੀ ਚੱਲ ਰਿਹਾ, ਦੁਨੀਆ 'ਚ ਕੀ ਉਹਨਾਂ ਨੂੰ ਇਹ ਨਹੀਂ ਖਬਰ ਕਿ ਸਾਡੇ ਇੰਡੀਆ 'ਚ ਕੀ ਚੱਲ ਰਿਹਾ, ਕਿਹੜੇ ਕਿਹੜੇ ਐਪ ਜਿਹੜੇ ਨੇ ਉਹ ਬੈਨ ਹੋਏ ਨੇ। ਉਹ ਇਸ ਜਿੱਦ 'ਤੇ ਅੜੇ ਹੋਏ ਨੇ ਕਿ ਅਸੀਂ ਆਪਣੇ ਜਿਹੜੇ ਕਾਗਜ਼ ਨੇ ਉਹ ਕਿਹਦੇ ਨਾਲ ਸਕੈਨ ਕਰਨੇ, ਕੈਮ ਸਕੈਨਰ ਨਾਲ। ਜੰਮੂ ਕਸ਼ਮੀਰ ਦਾ ਹੋਮ ਡਿਪਾਰਟਮੈਂਟ ਉਹ ਕਹਿੰਦਾ ਤੁਸੀਂ ਕਰੋ ਕਰੋ ਬੈਨ, ਅਸੀਂ ਨਹੀਂ ਕਿਸੇ ਦੀ ਗੱਲ ਮੰਨਣੀ, ਤੁਹਾਡੀ ਸਿਕਿਉਰਿਟੀ ਲੀਕ ਹੁੰਦੀ ਤਾਂ ਹੋਏ, ਸਾਨੂੰ ਕੀ ਲੈਣਾ ਦੇਣਾ, ਅਸੀਂ ਤਾਂ ਸਕੈਨ ਕਰਨਾ ਕੈਮ ਸਕੈਨਰ ਨਾਲ। ਮੇਰੀ ਗੱਲ ਸੁਣੋ, ਉਹ ਤਾਂ ਤੁਹਾਡੇ ਆਪਣੇ ਬੰਦੇ ਨਾ, ਅਸੀਂ ਤਾਂ ਕਹਿ ਕੇ ਥੱਕ ਗਏ, ਅਸੀਂ ਪਿਛਲੀ ਵਾਰ ਵੀ ਵੀਡੀਓ ਬਣਾਈ, ਸਾਡੀ ਗੱਲ ਤਾਂ ਤੁਸੀਂ ਸੁਣੀ ਨਹੀਂ, ਉਹਨਾਂ ਦੀ ਸੁਣ ਲਓ, ਉਹ ਤੁਹਾਡੇ ਹੀ ਬੰਦੇ ਨੇ, ਤੁਸੀਂ ਵੀ ਸਰਕਾਰੀ ਅਤੇ ਉਹ ਵੀ ਸਰਕਾਰੀ, ਸਰਕਾਰੀ ਸਰਕਾਰੀ ਆਪਸ 'ਚ ਭਾਈ ਭਾਈ, ਅਤੇ ਗੱਲ ਸੁਣ ਲਓ ਅਤੇ ਥੋੜ੍ਹਾ ਜਿਹਾ ਫਿਕਰ ਕਰ ਲਓ।